ਸੋ ਆਹ ਦੇਖੋ ਜੀ, ਨਾਲ ਹੀ ਇਹਦੇ ਲੱਗਦਾ ਹੈ ਜੀ ਭਾਖੜਾ, ਉਹ ਨਜ਼ਾਰਾ ਮਿੰਨੀ ਗੋਆ ਵੀ ਕਹਿੰਦੇ ਆ ਜੀ, ਉਹ ਏਰੀਏ ਵਾਂਗੂ ਹੈ ਤਾਂ ਮਤਲਬ ਵਿੱਚ ਨੂੰ ਜਾ ਕੇ ਉਹ ਇਹਨਾਂ ਦੇ ਲੱਗੇ ਹੋਏ ਨੇ ਉੱਧਰ। ਭਾਈ ਕਹਿੰਦਾ ਵੀ ਡਿੱਗਣਾ ਜਾਈ, ਮੈਂ ਕਿਹਾ ਨਹੀਂ ਡਿੱਗਦਾ, ਅਤੇ ਪੌੜੀਆਂ ਵਗੈਰਾ ਦੇਖੋ ਬਣੀਆਂ ਨੇ। ਉਹ ਭਾਈ ਜਿਹੜਾ ਕਿਸ਼ਤੀ 'ਚ ਬੈਠਾ ਨਾ, ਕਹਿੰਦਾ 1670 ਫੁੱਟ ਦੀ ਡੰਗਾਈ ਹੈ। ਵੈਸੇ ਜਿਹੜਾ ਪੁਰਾਣਾ ਘਰ, ਹਾਏ 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 ਕਿਆ ਸਵਰਗ ਹੈ ਜੀ, ਤੁਸੀਂ ਚੈੱਕ ਕਰੋ ਉੱਪਰ ਚੁਬਾਰਾ ਬਣਾਇਆ ਹੋਇਆ ਹੈ, ਇੱਧਰ ਘਰ ਦੇ ਵਿੱਚ ਹੀ ਖੂਹ ਹੈ ਜੀ। ਹਿਮਾਚਲ ਦੇ ਵਿੱਚ ਤੇ ਉਹਨਾਂ ਦੇ ਵਿੱਚ ਖੜੇ ਆ ਜੀ, ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਹੋਟਲ ਸੀ ਰੌਕ, ਤੇ ਇਹ ਬਹੁਤ ਘੈਂਟ ਹੋਟਲ ਹੈ ਜੀ। ਹੋਟਲ ਤਾਂ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ, ਜੋ ਇਹਦੀਆਂ ਖੂਬੀਆਂ ਨੇ। ਪ੍ਰੀ ਵੈਡਿੰਗ ਸ਼ੂਟ ਵਾਸਤੇ ਇੱਥੇ ਟਿਕਾਣਾ, ਤੁਸੀਂ ਸਵਿਮਿੰਗ ਕਰਨੀ ਆ, ਬੋਟਿੰਗ ਕਰਨੀ ਆ, ਉਹ ਸਾਰੀਆਂ ਚੀਜ਼ਾਂ ਉਹਦੇ ਬਿਹਾਈਂਡ ਆ, ਪਿੱਛੇ ਆ, ਆਪਾਂ ਤੁਹਾਨੂੰ ਉਹ ਵੀ ਦਿਖਾਉਂਦੇ ਆ। ਆਈ ਜੋ ਜੀ ਮੇਰੇ ਨਾਲ ਨਾਲ, ਬਹੁਤ ਘੈਂਟ ਵਲੋਗ ਬਣਨ ਜਾ ਰਿਹਾ ਜੀ ਇਹ। ਸਾਰੇ ਵਲੋਗ ਨੂੰ ਚੰਗੀ ਤਰ੍ਹਾਂ ਸਾਰਾ ਦੇਖਿਓ, ਸਕਿੱਪ ਨਾ ਕਰਿਓ ਜੀ, ਤੇ ਆਪਾਂ ਚੱਲਦੇ ਹਾਂ ਜੀ ਉੱਧਰ ਨੂੰ। ਲਓ ਜੀ ਇੱਕ ਵਾਰ ਤੁਸੀਂ ਓਵਰਵਿਊ ਦੇਖ ਲਓ, ਤੇ ਮੈਂ ਹੁਣ ਇੱਧਰ ਨੂੰ ਜਾਣਾ, ਵਿੱਚ ਤੁਹਾਨੂੰ ਨਾਲ ਨਾਲ ਦਿਖਾਉਂਦਾ ਜੀ। ਲੈ ਬਾਈ ਫੜ ਕਿਹੜਾ ਕੈਮਰਾ ਤੇ ਦਿਖਾਈ ਜਾ, ਇੱਧਰ ਨੂੰ ਥੱਲੇ ਜਾ ਕੇ ਜੀ ਸਾਰੇ, ਤੇ ਥੱਲੇ ਜਾ ਕੇ ਲੈਂਦੇ ਆਪਾਂ ਜੀ ਨਜ਼ਾਰਾ। ਇਹ ਵੀ ਕੁਦਰਤ ਦੀ ਗੋਦ ਦੇ ਵਿੱਚ, ਜਿਵੇਂ ਤੁਹਾਨੂੰ ਪਹਿਲਾਂ ਵਲੋਗ ਆਪਾਂ ਵਿਖਾਇਆ ਨੇਚਰ ਨਾਲ ਜੁੜੀ ਹੋਏ, ਇਹ ਵੀ ਚੀਜ਼ ਨੇਚਰ ਨਾਲ ਜੁੜੀ ਹੋਈ ਜੀ। ਲਓ ਜੀ ਆਪਣੀ ਫੈਮਿਲੀ ਨਾਲ ਆਓ, ਪ੍ਰੀ ਵੈਡਿੰਗ ਦਾ ਸ਼ੂਟ ਕਰਨਾ, ਵੈਸੇ ਤੁਸੀਂ ਸ਼ੂਟ ਕਰਨਾ, ਰੀਲਾਂ ਬਣਾਉਣੀਆਂ, ਸ਼ਾਰਟ ਬਣਾਉਣੇ ਆ। ਜੇ ਤੁਸੀਂ ਇੱਧਰ ਹਿਮਾਚਲ ਚ ਆਏ ਹੋ ਜੀ, ਲੋਕੇਸ਼ਨ ਹੈਗੀ ਹੈ ਜੀ ਪੂਨੇ ਦੇ ਵਿੱਚ, ਅਤੇ ਰਾਮਪੁਰ ਮੈਦਾਨ ਅਤੇ ਨੀਅਰ ਗੋਬਿੰਦ ਸਾਗਰ ਜਿਹੜੀ ਝੀਲ ਆ ਉਹਦੇ ਕੋਲ ਹੈ ਜੀ। ਆਹ ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਦੇ 'ਚ ਜਿਹੜਾ ਸਵਿਮਿੰਗ ਪੂਲ ਬਣਿਆ ਹੋਇਆ ਜੀ, ਆਹ ਚੈੱਕ ਕਰੋ, ਉੱਪਰੋਂ ਦਿਖਾਉਂਦਾ ਵਾ ਅਤੇ ਕੋਲ ਵੀ ਜਾਂਦਾ ਜੀ ਮੈਂ ਇਹਦੇ। ਲਓ ਜੀ ਆਹ ਬੱਚਿਆਂ ਨੂੰ ਕਿਹੜਾ ਧਿਆਨ ਨਾਲ ਮਾੜਾ ਜਿਹਾ ਫੜ ਕੇ ਹੈ। ਲਓ ਜੀ ਚੈੱਕ ਕਰੋ, ਪਾਣੀ ਬਿਲਕੁਲ ਨੀਲਾ ਜੀ, ਅਤੇ ਨਾਲ ਹੀ ਇਹਦੇ ਬਿਲਕੁਲ ਡੈਮ ਵਾਲੀ ਜਗ੍ਹਾ ਜੀ, ਨੰਗਲ ਡੈਮ ਵਾਲੀ, ਸੋਰੀ ਦੂਜਾ ਭਾਖੜਾ ਡੈਮ ਵਾਲੀ ਜੀ। ਆਹ ਚੈੱਕ ਕਰੋ ਜੀ ਡੰਗਾਈ ਇਹਦੀ, 4-4.5 ਫੁੱਟ ਹੋਏਗੀ ਤਕਰੀਬਨ ਜੀ, ਅਤੇ ਬੜਾ ਇੱਕ ਦਿਲਚਸਪ ਜਿਹਾ ਨਜ਼ਾਰਾ ਜੀ ਇੱਥੇ, ਕਿਉਂਕਿ ਹੋਰ ਵੀ 2-3 ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ। ਪਾਣੀ ਚੈੱਕ ਕਰੀਏ ਕਿਵੇਂ ਆ, ਠੰਡਾ ਆ ਕਿਵੇਂ ਆ, ਪਾਣੀ ਤਾਂ ਠੰਡਾ ਪਿਆ ਜੀ ਬਿਲਕੁਲ, ਅਤੇ ਲਾਈਟਿੰਗ ਵਗੈਰਾ ਇਹਦੇ ਆਲੇ ਦੁਆਲੇ ਕਾਫੀ ਕੀਤੀ, ਅਤੇ ਸ਼ਾਮ ਦਾ ਘੈਂਟ ਨਜ਼ਾਰਾ ਹੋਊਗਾ ਜੀ। ਅਤੇ ਇਸ ਤੋਂ ਬਾਅਦ ਆਪਾਂ ਉੱਪਰਲੇ ਪਾਸੇ ਜਾਂਦੇ ਹਾਂ, ਦੇਖੋ ਉੱਪਰ ਵੀ ਕਾਫੀ ਚੀਜ਼ਾਂ ਬਣੀਆਂ ਨੇ, ਧਿਆਨ ਨਾਲ ਤਿਲਕਣਾ ਜਾਵੇ ਬੱਚਿਓ। ਆਹ ਐਂਟਰੀ ਬਣਾਈ ਹੋਈ ਹੈ ਇੱਧਰਲੇ ਪਾਸਿਓਂ, ਅਤੇ ਇੱਧਰੋਂ ਜਾਣ ਨੂੰ, ਅਤੇ ਇੱਥੇ ਆ ਪੌੜੀਆਂ ਜਿਹੀਆਂ ਬਣਾਈਆਂ, ਇਹਨਾਂ 'ਤੇ ਚੜ੍ਹ ਕੇ ਦਿਖਾਉਂਦਾ ਤੁਹਾਨੂੰ, ਅਤੇ ਗਰੀਨਰੀ ਜੀ ਬੜੀ ਸੋਹਣੀ, ਇੱਥੇ ਬੂਟੀਆਂ ਜਿਹੀਆਂ ਲਗਾ ਕੇ ਇੱਕ ਡਿਜ਼ਾਇਨ ਬਣਾਇਆ, ਇੱਥੇ ਖੜ੍ਹ ਕੇ ਫੋਟੋ ਸ਼ੂਟ ਜੇ ਕਰਾਉਣਾ ਹੋਵੇ ਤਾਂ ਉਹ। ਅਤੇ ਹੁਣ ਆਪਾਂ ਜਾਂਦੇ ਹਾਂ ਉੱਪਰ ਵੱਲ ਨੂੰ, ਅਤੇ ਦੇਖਦੇ ਹਾਂ ਜੀ। ਲਓ ਜੀ ਆਹ ਜਿਹੜਾ ਏਰੀਆ, ਕਹਿੰਦੇ ਨੇ ਵੀ ਇਹ ਪ੍ਰੀ ਵੈਡਿੰਗ ਸ਼ੂਟ ਵਾਸਤੇ ਮੇਨ ਏਰੀਆ ਜੀ, ਆਹ ਲਓ ਬਹੁਤ ਸੋਹਣਾ ਏਰੀਆ ਜੀ। ਆਹ ਦੇਖੋ ਜੀ ਬੈਠਣ ਵਾਸਤੇ ਇੱਧਰ ਪਾਰਕ ਹੈ। ਆਈ ਲਵ ਸੀ ਰੌਕ, ਮੈਂ ਸੀ ਰੌਕ ਨੂੰ ਪਿਆਰ ਕਰਦਾ ਹਾਂ ਜਾਂ ਕਰਦੀ ਹਾਂ। ਲਓ ਜੀ ਇੱਧਰ ਨੂੰ ਆਹ ਰਸਤਾ ਜੀ, ਉੱਧਰ ਦੀ ਆਣ ਕੇ ਐਂ ਨੂੰ ਤੁਸੀਂ ਜਾ ਸਕਦੇ ਹੋ। ਪਹਿਲਾਂ ਆਪਾਂ ਇੱਧਰੋਂ ਦੇਖੀਏ ਕਿਹੜਾ ਜਾ ਕੇ ਜੀ, ਨਾਲ ਹੀ ਭਾਖੜਾ ਜੀ, ਪਰ ਨਾਲ ਦੇਖੋ ਨਾਲ ਲੱਗਦਾ ਮੈਰੀ ਮੀ ਕੁਐਸਚਨ ਮਾਰ ਕੇ ਜੀ, ਕਿਆ ਕਰਾਓਗੇ। ਸੋ ਆਹ ਦੇਖੋ ਜੀ, ਨਾਲ ਹੀ ਇਹਦੇ ਲੱਗਦਾ ਹੈ ਜੀ ਭਾਖੜਾ, ਅਤੇ ਨਜ਼ਾਰਾ ਬਹੁਤ ਹੀ ਘੈਂਟ ਹੈ।
ਆਪਾਂ ਤਾਂ ਐਂ ਦੀ ਉਹ ਵਗ ਜਾਂਦੇ ਹਾਂ ਥੱਲੇ ਨੂੰ। ਵੈਸੇ ਤਾਂ ਉੱਧਰ ਪੌੜੀਆਂ ਬਣੀਆਂ, ਚੱਲ ਮੈਂ ਉੱਧਰ ਦੀ ਆਉਣਾ ਕਰਾਂ ਘੁੰਮ ਕੇ, ਉੱਧਰ ਦੀ ਦਿਖਾਉਂਦੇ ਹਾਂ ਲਓ ਜੀ। ਅਤੇ ਆਪਾਂ ਐਂ ਟੱਪ ਜਾਂਦੇ ਹਾਂ, ਪਰੋਂ ਦੀ ਆਉਣਾ ਪੈਣਾ। ਦੇਖੋ ਜੀ ਸਜਾਵਟ ਇਸ ਢੰਗ ਨਾਲ ਕੀਤੀ ਹੈ ਨਾ, ਜਿੰਨੀਆਂ ਮਰਜ਼ੀ ਫੋਟੋਆਂ ਖਿੱਚੀ ਜਾਓ, ਜਿੰਨੀਆਂ ਮਰਜ਼ੀ ਰੀਲਾਂ ਸ਼ੋਟ ਬਣਾਈ ਜਾਓ। ਇੱਥੇ ਜੀ ਲੋਕੇਸ਼ਨ ਘੈਂਟ ਹੈ। ਕਿਵੇਂ ਬੋਲੀ ਦੁਬਾਰਾ ਇੱਧਰ? ਅੱਛਾ ਸਾਨੂੰ ਨਹੀਂ ਸੀ ਪਤਾ। ਓਕੇ ਬੇਟਾ ਠੀਕ ਹੈ। ਅਤੇ ਆਹ ਦੇਖੋ ਜੀ ਇੱਧਰਲੇ ਪਾਸੇ ਸਾਹਮਣੇ ਆ ਜੀ ਹੋਟਲ, ਅਤੇ ਬੈਕ ਸਾਈਡ 'ਤੇ ਸਾਰਾ ਹੈਗਾ ਜੀ ਬਣਿਆ, ਅਤੇ ਆਪਾਂ ਐਂ ਨੂੰ ਜਾਂਦੇ ਹਾਂ ਜੀ। ਉੱਧਰ ਚੱਲ ਪਿੱਛੇ, ਅਤੇ ਇੱਧਰ ਤਾਂ ਥੋੜ੍ਹਾ ਜਿਹਾ ਜ਼ਿਆਦਾ ਡੂੰਘਾ ਏਰੀਆ ਜੀ, ਪਰਾਂ ਦੇਖੋ ਦਰਿਆ ਸ਼ੁਰੂ ਹੋ ਜਾਂਦਾ, ਅਤੇ ਇਹ ਸਾਰਾ ਸ਼ੂਟ ਵਾਲਾ ਏਰੀਆ ਜੀ। ਆਹ ਦੇਖੋ ਸਾਹਮਣੇ ਪੰਘੂੜੇ ਪੰਘਾੜੇ ਅਤੇ ਐਡਵੈਂਚਰ ਵਾਲੀਆਂ ਚੀਜ਼ਾਂ ਵੀ ਹੈਗੀਆਂ ਨੇ ਇੱਥੇ ਜੀ ਸਾਹਮਣੇ, ਜੋ ਵੀ ਪਿੱਛੇ ਪਹਾੜ ਪੂੜ ਵਿਖਾ ਕੇ ਫੋਟੋ ਖਿੱਚਣੀ ਹੋਵੇ। ਅਤੇ ਆਪਾਂ ਪੌੜੀਆਂ ਹੈਗੀਆਂ ਨੇ ਇੱਧਰ ਦੀ ਜਾਂਦੇ ਹਾਂ ਜੀ ਨੀਚੇ, ਅਤੇ ਆਹ ਦੇਖੋ ਜੀ ਸਾਹਮਣੇ ਇੱਧਰ ਵੀ ਬਣਿਆ ਹੋਇਆ। ਆਹ ਲਓ ਜੀ ਆਹ ਦੇਖੋ ਪੌੜੀਆਂ ਹੈਗੀਆਂ ਇੱਧਰ ਜਾਣ ਲਈ, ਅਤੇ ਆਹ ਦੇਖੋ ਜੀ ਆਹ ਵੀ ਪ੍ਰੀ ਵੈਡਿੰਗ ਵਾਸਤੇ ਆ ਜੀ, ਆਹ ਵੀ ਪ੍ਰੀ ਵੈਡਿੰਗ ਵਾਸਤੇ ਆ। ਫਿਰ ਇੱਧਰ ਬੈਠਣ ਵਾਸਤੇ ਆ, ਜੇ ਤੁਸੀਂ ਕੁਛ ਬਹਿ ਕੇ ਖਾਣਾ ਪੀਣਾ ਤਾਂ। ਇਹ ਚੀਜ਼ਾਂ ਵਿਖਾਉਣ ਦਾ ਮੇਰਾ ਮੋਟਿਵ ਇਹ ਆ ਵੀ ਜਦੋਂ ਵੀ ਤੁਸੀਂ ਇੱਧਰ ਆਓ ਇਸ ਏਰੀਆ ਦੇ ਵਿੱਚ ਤਾਂ ਤੁਸੀਂ ਇੱਥੇ ਸਟੇ ਕਰ ਸਕਦੇ ਹੋ, ਅਤੇ ਆਪਾਂ ਕਿਉਂਕਿ ਇੱਥੇ ਰੁਕ ਰਹੇ ਹਾਂ, ਅਤੇ ਤਾਂ ਕਰਕੇ ਆ ਵੀ ਥੋੜ੍ਹਾ ਜਿਹਾ ਵਧੀਆ ਹੈ ਨਾ ਜੀ। ਹੋਟਲ ਵਗੈਰਾ ਸਾਰਾ ਏ ਸੀ ਆ, ਖਾਣ ਪੀਣ ਵਾਸਤੇ ਮੈਂ ਖਾਣਾ ਖਾ ਕੇ ਆਇਆ ਜੀ, ਅੰਦਰੋਂ ਚੀਜ਼ਾਂ ਵਗੈਰਾ ਖਾਣ ਵਾਲੀਆਂ ਸਾਰੀਆਂ ਵਧੀਆ ਸੀਗੀਆਂ ਜੀ, ਬਹੁਤ ਟੇਸਟੀ ਸੀਗੀਆਂ। ਉਹ ਬੱਚੇ ਸਾਹਮਣੇ ਦੇਖੋ ਝੂਲੇ ਲੈ ਰਹੇ ਨੇ, ਅਤੇ ਉਹ ਥੱਲੇ ਤੱਕ ਜਾਣ ਲਈ ਸਾਰਾ ਰਸਤਾ ਬਣਿਆ ਹੋਇਆ ਜੀ, ਆਪਾਂ ਤੁਹਾਨੂੰ ਨਾਲ ਨਾਲ ਦਿਖਾਈ ਜਾਂਦੇ ਹਾਂ। ਇਹ ਸਾਰਾ ਦੇਖੋ ਜੀ ਕਿੰਨੀ ਦੂਰ ਦੂਰ ਤੋਂ ਕਾਣ ਕੇ ਲੋਕ ਜਿਹੜਾ ਸ਼ੂਟ ਕਰਦੇ ਆ, ਅਤੇ ਬਾ ਕਮਾਲ ਚੀਜ਼ ਬਣਾਈ ਹੋਈ ਜੀ ਸ਼ੂਟ ਵਾਸਤੇ ਸਪੈਸ਼ਲ। ਇੱਧਰ ਆਹ ਵੀ ਸ਼ੂਟ ਵਾਸਤੇ ਹੀ ਜੀ, ਜਿਵੇਂ ਪੋਜ਼ ਵਗੈਰਾ ਤਿਆਰ ਕਰਦੇ ਨੇ ਮੂਵੀਆਂ 'ਚ, ਸਾਰਾ ਉਹ ਥੱਲੇ ਤੱਕ ਜਾਣ ਲਈ ਉਹ ਦੇਖੋ ਰਸਤਾ ਬਣਿਆ ਹੋਇਆ ਜੀ। ਇੱਧਰ ਦੀ ਉੱਤਰ ਕੇ ਆਪਾਂ ਜਾ ਸਕਦੇ ਹਾਂ, ਉਹ ਸਾਹਮਣੇ ਜਾਂਦੇ ਹਾਂ ਆਪਾਂ ਜੀ ਇੱਕ ਵਾਰ, ਉੱਥੋਂ ਦਾ ਦੇਖਦੇ ਹਾਂ ਕੋਲ ਖੜ ਕੇ ਕੀ ਨਜ਼ਾਰਾ ਜੀ। ਇੱਧਰ ਦੀ ਜਾਣਾ ਪਊਗਾ ਹੌਲੀ ਹੌਲੀ, ਇੱਕਦਮ ਉੱਤਰਿਆ ਨਹੀਂ ਜਾਣਾ, ਡਿੱਗ ਜਾਂਗੇ। ਹੁਣ ਚੱਲਦੇ ਹਾਂ ਜੀ ਐਂ ਨੂੰ, ਬਿਲਕੁਲ ਨੇੜੇ ਪਹੁੰਚ ਜਾਣਾ ਜੀ ਆਪਾਂ ਜਿਹੜਾ ਦਰਿਆ ਹੈ ਉਹਦੇ, ਹੋਟਲ ਸੀ ਰੌਕ। ਉਹ ਦੇਖੋ ਜੀ ਸਾਹਮਣੇ ਵੈਸੇ ਬਨੇਰਾ ਲਾਇਆ, ਕੋਈ ਅੱਜ ਸੱਚ ਪ੍ਰੋਬਲਮ ਨਹੀਂ ਜਾਣ ਲਈ ਉੱਧਰ ਨਹੀਂ, ਪਰ ਫਿਰ ਵੀ ਬੱਚਿਆਂ ਨੂੰ ਜਿਵੇਂ ਬੱਚੇ ਨਾਲ ਨੇ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਉਹਨਾਂ ਦਾ ਧਿਆਨ ਆ ਜਿਹੜਾ ਰੱਖਣਾ ਚਾਹੀਦਾ। ਉਹ ਦੇਖੋ ਬੋਟਿੰਗ ਵਗੈਰਾ ਵੀ ਕਰਾਉਂਦੇ ਆ, ਹੁਣ ਪਤਾ ਨਹੀਂ ਇਹਦੇ 'ਚ ਹੀ ਕਰਾਉਂਦੇ ਆ ਕਿਵੇਂ, ਇਹਦਾ ਪੂਰਾ ਇੱਕ ਟਾਪੂ ਬਣਾਇਆ ਹੋਇਆ ਜੀ ਇਹਨਾਂ ਨੇ। ਆਹ ਦੇਖੋ ਜੀ ਉਹ ਸਾਹਮਣੇ ਕਿਸ਼ਤੀਆਂ ਦੇਖੋ ਜਾ ਰਹੀਆਂ ਨੇ ਜੀ ਕਿਸ਼ਤੀਆਂ, ਉਹ ਇੱਕ ਉਹ ਕਾਫੀ ਦੂਰ ਜਾ ਚੁੱਕੀ ਹੈ ਜੀ, ਅਤੇ ਕਾਹ ਜੀ ਨੇੜੇ ਆ ਥੋੜ੍ਹੀ ਜਿਹੀ ਜੇ ਦੇਖੋ ਦੂਰ ਤੱਕ, ਨਾਲ ਨਾਲ ਪਹਾੜ ਨੇ ਜੀ, ਅਤੇ ਬੱਚਿਆਂ ਵਾਲੀ ਐਕਟੀਵਿਟੀ ਕਰਨ ਲਈ ਵੀ ਸਾਰਾ ਕੁਛ ਹੈਗਾ ਜੀ। ਇੱਧਰ ਪਾਣੀ ਦੇਖੋ ਹਰਾ ਹਰਾ, ਅਤੇ ਨਾਲੇ ਪਹਾੜ। ਉਹ ਸਾਹਮਣੇ ਵੀ ਦੇਖੋ ਇੱਕ ਬਣਾਇਆ ਹੋਇਆ, ਇਹ ਵੀ ਸ਼ੂਟ ਵਗੈਰਾ ਵਾਸਤੇ ਆ ਮੇਨਲੀ, ਜਿਹੜਾ ਇਹਨਾਂ ਨੇ ਮੈਨੂੰ ਲੱਗਦਾ ਬੈਕ ਏਰੀਆ ਨਾ ਇਹ ਸ਼ੂਟਿੰਗ ਵਾਸਤੇ ਹੀ ਜਿਹੜਾ ਤਿਆਰ ਕਰਿਆ ਹੋਇਆ ਜੀ। ਅਤੇ ਬੜੀ ਸ਼ਾਂਤਮਈ ਜਗ੍ਹਾ ਹੈ ਜੀ, ਸ਼ਾਂਤ ਲੋਕੇਸ਼ਨ ਹੈ ਜੀ, ਬੜੀ ਪਿਆਰੀ। ਚਲੋ ਆਪਾਂ ਨੀਚੇ ਵੀ ਜਾ ਕੇ ਆਉਂਦੇ ਹਾਂ ਬਿਲਕੁਲ ਥੱਲੇ ਵਾਲੇ ਪਾਸੇ, ਉੱਧਰ ਕਿਵੇਂ ਆ ਜਾ ਕੇ ਆਉਂਦੇ ਹਾਂ। ਇੱਕ ਨਾ ਚਮਰੌੜ ਵਾਲਾ ਏਰੀਆ ਮੈਂ ਵਲੌਗ ਦੇਖਿਆ ਸੀਗਾ, ਚਮਰੌੜ ਸਾਈਡ ਵੀ ਇਹੋ ਜਿਹਾ ਏਰੀਆ ਇੱਕ ਹੈਗਾ, ਉਹਨੂੰ ਮਿੰਨੀ ਗੋਆ ਵੀ ਕਹਿੰਦੇ ਆ ਜੀ, ਉਹ ਏਰੀਆ ਵਾਂਗੂ ਹੈ ਤਾਂ ਮਤਲਬ ਵਿੱਚ ਨੂੰ ਜਾ ਕੇ ਉਹ ਇਹਨਾਂ ਦੇ ਲੱਗੇ ਹੋਏ ਨੇ ਉੱਧਰ, ਇਹਨਾਂ ਦੇ ਪੋਸਟਰ ਜਿਹੇ ਜਿਹੜੇ ਉਹ
ਖੜੇ ਕੀਤੇ ਹੋਏ ਨੇ, ਇਹਨਾਂ ਨੇ ਬੋਰਡ ਜਿਹੇ ਆਪਦੇ ਲਿਖ ਲਿਖ ਕੇ ਲਾਇਆ ਹੋਇਆ ਇੱਧਰ ਨੂੰ ਕਿਵੇਂ ਆ ਕੀ ਸਿਸਟਮ ਹੈ। ਆਹ ਦੇਖੋ ਵਿਊ ਹੀ ਬਹੁਤ ਪਿਆਰਾ ਹੈ ਜੀ, ਨਜ਼ਾਰੇਦਾਰ ਸ਼ਹਿਰ ਹੈ ਜੀ। ਆ ਪੌੜੀਆਂ ਹੈਗੀਆਂ ਜਾਣ ਵਾਸਤੇ ਥੋੜ੍ਹੀਆਂ ਜਿਹੀਆਂ, ਬਾਕੀ ਅੱਗੇ ਤਾਂ ਕੱਚਾ ਹੀ ਹੈ ਜੀ। ਬੋਟਿੰਗ ਪਤਾ ਨਹੀਂ ਕਿਹੜੇ ਪਾਸੇ ਹੁਣ ਸ਼ੁਰੂ ਕਰਦੇ ਹੋਣਗੇ, ਸ਼ਾਇਦ ਇੱਧਰ ਹੀ ਆ ਮੈਂ ਵੀ ਜਾ ਕੇ। ਉਹ ਦੇਖੋ ਅੱਗੇ ਵੀ ਪੌੜੀਆਂ ਹੈਗੀਆਂ ਨੇ। ਆਹ ਇੱਥੇ ਬੰਨ ਲਾਇਆ, ਪਤਾ ਨਹੀਂ ਕਿਉਂ ਲਾਇਆ ਜੀ ਇਹਨਾਂ ਕੋਲ। ਉੱਪਰ ਚੜ੍ਹ ਕੇ ਦੇਖੋ ਜੀ, ਪ੍ਰੀ ਵੈਡਿੰਗ ਕਰਨ ਵਾਸਤੇ ਬਣਾਇਆ। ਦੇਖੋ ਜੀ ਮੇਰੇ ਪਿੱਛੇ ਘੈਂਟ ਨਜ਼ਾਰਾ ਤੁਸੀਂ ਵੀ ਦਰਿਆ ਦਾ। ਬਾਕੀ ਤਾਂ ਸਭ ਠੀਕ ਆ, ਕੋਈ ਸੱਪ ਸੁੱਪ ਜਾਂ ਕੋਈ ਇਹੋ ਜਿਹਾ ਜੀਵ ਜੰਤੂ ਨਾ ਨਿਕਲਾ ਵਿੱਚੋਂ ਇਸ ਸੱਚ। ਬਾਕੀ ਤਾਂ ਹੋਰ ਤਾਂ ਕੋਈ ਗੱਲ ਨਹੀਂ, ਘਾਹ ਕੋਈ ਹੈਗਾ ਆਪਾਂ ਵਧੀਆ ਤੁਰ ਫਿਰ ਸਕਦੇ ਹਾਂ ਜੀ ਇੱਥੇ। ਕਿੰਨਾ ਘੈਂਟ ਵਿਊ ਹੈ ਜੀ, ਬਹੁਤ ਸੋਹਣਾ ਵਿਊ ਹੈ ਜੀ। ਥੱਲਿਓ ਜਦੋਂ ਉੱਪਰ ਨੂੰ ਆਪਾਂ ਝਾਤ ਮਾਰੀਏ ਤਾਂ ਬੜਾ ਵਧੀਆ ਨਜ਼ਾਰਾ ਹੈ ਜੀ। ਹੁਣ ਬਿਲਕੁਲ ਨੇੜੇ ਹਾਂ ਜੀ, ਕੋਸ਼ਿਸ਼ ਕਰਦਾ ਮੈਂ ਇੱਧਰ ਨੂੰ ਵਿੱਚ ਨੂੰ ਜਾਣ ਦੀ, ਅਤੇ ਦੇਖਦੇ ਹਾਂ ਕਿਵੇਂ ਆ। ਥੋੜ੍ਹਾ ਜਿਹਾ ਡਰ ਵੀ ਲੱਗਦਾ ਵੀ ਕੋਈ, ਵੈਸੇ ਪਾਣੀ ਤਾਂ ਬਹੁਤ ਅੱਗੇ ਆ, ਪਰ ਕੋਈ ਸੱਪ ਸੁੱਪ ਜਾਂ ਕੋਈ ਜੀਵ ਜੰਤੂ ਇਹੋ ਜਿਹਾ ਜੀ ਦਰਿਆ ਦਾ ਏਰੀਆ, ਫਿਰ ਵੀ ਡਰ ਲੱਗਦਾ। ਆ ਜਾ ਯਾਰ ਮੈਂ ਜਾਣਾ ਵਿੱਚ, ਚੱਲੀ ਜਾਣਾ। ਡਰ ਤਾਂ ਯਾਰ ਲੱਗਦਾ ਜੀ, ਸੱਚਾ ਹੀ ਆ, ਜ਼ਿੰਦਗੀ ਦੇ ਉੱਪਰ ਕੀ ਹੈ। ਬਾਈ ਕਹਿੰਦਾ ਵੀ ਡਿੱਗਣਾ ਜਾਈ, ਮੈਂ ਕਿਹਾ ਨਹੀਂ ਡਿੱਗਦਾ। ਅਤੇ ਪੌੜੀਆਂ ਵਗੈਰਾ ਦੇਖੋ ਬਣੀਆਂ ਨੇ, ਉਹ ਸਾਹਮਣੇ ਝੰਡੇ ਦੇਖੋ ਤੁਸੀਂ, ਫੋਟੋ ਸੀ ਰੌਕ ਲਿਖਿਆ ਹੈ, ਪਾਣੀ ਬਹੁਤ ਗਹਿਰਾ ਹੈ, ਪਾਣੀ ਮੈਂ ਨਹਾਣੇ ਕਾ ਪ੍ਰਯਾਸ ਨਾ ਕਰੇ ਤਥਾ ਵੋਟਿੰਗ ਕਰਤੇ ਸਮੇਂ ਲਾਈਫ ਜੈਕਟ ਜ਼ਰੂਰ ਪਹਿਨੇ, ਧੰਨਵਾਦ। ਚਲੋ ਜੀ ਆ ਜਾਓ ਆਪਾਂ ਜਾਂਦੇ ਹਾਂ। ਉਹ ਭਾਈ ਦੇਖ ਕੇ ਅੱਗੇ ਪੌੜੀਆਂ ਟੁੱਟੀਆਂ ਹੋਈਆਂ ਨੇ ਯਾਰ, ਆਹ ਦੇਖੋ ਘਰ ਪਈ ਹੋਈ ਹੈ, ਦਰਿਆ ਦਾ ਪਾਣੀ ਕਿਸੇ ਟਾਈਮ ਇੱਥੇ ਆਇਆ, ਅਤੇ ਅੱਗੇ ਖੜੀਆਂ ਨੇ ਪੌੜੀਆਂ ਜੀ, ਉਹ ਦੂਜੀਆਂ ਕਿਸ਼ਤੀਆਂ ਖੜੀਆਂ ਹੋਈਆਂ ਨੇ, ਉਸ ਤੱਕ ਜਾਂਦੇ ਹਾਂ ਜੀ। ਧਿਆਨ ਨਾਲ ਪਰ ਉਹ ਦੇਖੋ ਜੀ ਸਾਹਮਣੇ ਵੋਟਿੰਗ ਵਾਸਤੇ, ਹੋਟਲ ਸੀ ਰੌਕ ਵੈਲਕਮਸ ਯੂ, ਹੋਟਲ ਸੀ ਰੌਕ ਤੁਹਾਡਾ ਸਵਾਗਤ ਕਰਦਾ ਹੈ। ਆਹ ਦੇਖੋ ਵੋਟਿੰਗ ਵਗੈਰਾ ਹੈਗੀਆਂ ਨੇ ਜੀ ਇੱਥੇ, ਆਪਾਂ ਦੇਖੋ ਜੀ ਕਿੱਥੇ ਗਿਆ ਜੀ, ਤੁਹਾਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਜੀ, ਠੀਕ ਹੈ ਜੀ। ਨਜ਼ਾਰਾ ਜੀ, ਰੱਸੇ ਰੁੱਸੇ ਵੈਸੇ ਲਾਏ ਨੇ, ਲਾਈਫ ਸੇਵਿੰਗ ਸਿਸਟਮ ਹੈਗਾ ਜੀ ਪੂਰਾ। ਇਹ ਕਿਹੜਾ ਦਰਿਆ ਵੀਰੇ ਵੱਜਦਾ ਹੈ, ਗੋਬਿੰਦ ਸਾਗਰ, ਇਹ ਲੇਕ ਡੈਮ, ਗੋਬਿੰਦ ਸਾਗਰ ਡੈਮ, ਇਹ ਗੋਬਿੰਦ ਸਾਗਰ ਡੈਮ ਆ ਜੀ। ਦਿਖਾਓ ਜੀ, ਆਲੇ ਦੁਆਲੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ, ਹਵਾ ਠੰਡੀ ਚੱਲ ਰਹੀ ਹੈ। ਜਾ ਰਹੇ ਹੋ ਬਾਈ ਕੋਲ? ਨਾ ਯਾਰ ਨਾ ਜਾਈ ਉੱਧਰ। ਹੈਂ ਬਾਈ ਜਿਹੜਾ ਕਿਸ਼ਤੀ 'ਚ ਬੈਠਾ ਨਾ, ਕਹਿੰਦਾ 1670 ਫੁੱਟ ਦੀ ਡੰਗਾਈ ਹੈ, ਅਤੇ ਵੈਸੇ ਜਿਹੜਾ ਨੇੜੇ ਆ ਤੱਟ ਨਾ ਪੂਰਾ ਜਿਹਨੂੰ ਕਿਨਾਰਾ ਕਹਿੰਦੇ ਆ, ਉਹ ਦੇਖ ਲਓ ਪਹਾੜ ਕਿੰਨਾ ਉੱਚਾ ਹੈ, ਇਹਦੇ ਜਿੰਨਾ ਉੱਚਾ ਕਹਿੰਦੇ ਨੇ। ਉਹ ਤੂੰ ਕਿੱਧਰ ਜਾਈ ਜਾਂਦਾ ਯਾਰ, ਆ ਜਾ ਇੱਧਰ ਦੇਖੋ, ਇਹਦੇ ਜਿੰਨਾ ਉੱਚਾ ਜੀ, ਮੈਨੂੰ ਲੱਗਦਾ ਵੀ ਇਹ 80-90 ਫੁੱਟ ਦਾ ਉੱਚਾ ਜ਼ਿਆਦਾ ਇਹੀ ਹੈ, ਜ਼ਿਆਦਾ ਹੀ ਹੋਊ, 100 ਫੁੱਟ ਉੱਚਾ ਹੋਊਗਾ। ਠੰਡਾ ਪਾਣੀ ਕਿਵੇਂ? ਉਹ ਦੇਖੋ ਬੰਦਾ ਐਡਵੈਂਚਰ ਕਰਦਾ, ਕਿਵੇਂ ਪਾਣੀ ਠੰਡਾ ਹੈ? ਹੈਂ ਗਰਮ? ਉਹ ਫਿਰ ਨੇੜੇ ਆ ਨਾ, ਅੱਗੇ ਜਾ ਕੇ ਠੰਡਾ ਹੋਊਗਾ ਨਾ, ਆ ਜਾਂਦਾ ਮੈਂ ਵੀ। ਥੱਲੇ ਆਏ ਸਾ ਵੇਖਣ, ਆ ਬਿਲਕੁਲ ਨਾਲ ਕਿਨਾਰੇ ਤੇ ਜੀ, ਤੇ ਹੁਣ ਉੱਪਰ ਜਾ ਰਹੇ ਹਾਂ, ਤੇ ਉੱਪਰ ਜਾਣ ਲੱਗਿਆ ਆਪਣਾ ਪੂਰਾ ਜ਼ੋਰ ਲੱਗ ਰਿਹਾ ਜੀ, ਬਸ ਪੈਰ ਥੋੜ੍ਹਾ ਜਿਹਾ ਟਿਕਾ ਕੇ ਰੱਖਣਾ ਪੈਂਦਾ ਕਿਉਂਕਿ ਇੱਥੇ ਰੋੜੇ ਲਿਆ, ਦੇਖੋ ਜੀ ਰੋੜਿਆਂ ਤੋਂ ਪੈਰ ਤਿਲਕ ਜਾਂਦਾ ਕਿਸੇ ਵੇਲੇ। ਬਾਕੀ ਸਭ ਕੁਛ ਠੀਕ ਹੈ ਜੀ, ਜਿਹੜੀਆਂ ਚੀਜ਼ਾਂ ਉੱਪਰ ਰਹਿ ਗਈਆਂ ਉਹ ਜਾ ਕੇ ਦਿਖਾਉਣਾ ਤੁਹਾਨੂੰ ਜੀ, ਜਿਹੜੇ ਜਿਹੜੇ ਟਿਕਾਣੇ ਰਹਿ ਗਏ ਵਿਖਾਉਣ ਵਾਲੇ। ਲਓ ਜੀ
ਕੁਝ ਆਹ ਏਰੀਆ ਜੀ, ਇਹ ਵੀ ਸਜਾਇਆ ਹੋਇਆ, ਇਹ ਪਾਰਟੀ ਵਗੈਰਾ ਕਰਨ ਵਾਸਤੇ। ਉਹ ਦੇਖੋ ਚੇਅਰਾਂ ਵੀ ਲੱਗੀਆਂ ਸਾਹਮਣੇ, ਕੁਰਸੀਆਂ ਵਗੈਰਾ। ਉਹ ਦੇਖੋ ਤੁਹਾਨੂੰ ਪਤਾ ਲੱਗ ਹੀ ਰਿਹਾ ਚੀਜ਼ਾਂ ਤੋਂ, ਲਾਲ ਗੱਡੀ ਖੜੀ ਹੈ। ਅਤੇ ਗੱਡੀ ਪਤਾ ਨਹੀਂ ਕਿਹੜੀ ਹੈ, ਹੁਣ ਹੋਰ ਹੀ ਕੁਛ ਹੈ ਜੀ, ਇਹਦੇ ਸਟਿੱਕਰ ਲਾਏ ਹੋਏ ਨੇ। ਆਹ ਦੇਖੋ ਜੀ, ਓਲਡ ਲੁੱਕ ਵਾਲਾ ਸਿਸਟਮ ਸਾਰਾ ਬਣਾਇਆ ਪਿੱਛੇ। ਆਹ ਦੇਖੋ ਉੱਧਰ ਜਿਵੇਂ ਮਿੱਟੀ ਦੇ ਪੁਰਾਣੇ ਘਰ ਹੁੰਦੇ ਸੀ ਉਵੇਂ। ਇਹ ਵੀ ਦਿਖਾ ਦਈਏ ਨੇੜਿਓ, ਪੂਰੀ ਡਿਜ਼ਾਇਨਿੰਗ ਓਲਡ ਸਿਸਟਮ ਵਾਲੀ ਕਰੀ ਹੋਈ ਹੈ ਜੀ। ਆਹ ਦੇਖੋ, ਇਹ ਨਾਈਟ ਪਾਰਟੀ ਵਾਸਤੇ ਹੋਏਗਾ ਮੇ ਵੀ ਪ੍ਰੋਗਰਾਮ ਜੀ ਇੱਥੇ। ਦੇਖੋ ਸਮਾਨ ਪਿਆ ਇੱਥੇ ਬਾਈਆਂ ਦਾ ਜੀ, ਵਿੱਚ ਬਾਰਾ ਜਿਹਾ ਬਣਾਇਆ ਸੇਮ ਉਵੇਂ ਜਿਵੇਂ ਪਹਿਲਾਂ ਹੁੰਦੇ ਸਨ ਪੁਰਾਣੇ ਟਾਈਮ 'ਚ। ਦੇਖ ਲਓ ਜੀ, ਪਸੀਨੋ ਪਸੀਨੇ ਹੋ ਗਿਆ ਅੱਜ ਤਾਂ, ਗਰਮੀ ਵੀ ਥੋੜ੍ਹੀ ਜਿਹੀ ਹੋ ਗਈ ਇੱਕਦਮ। ਹਵਾ ਇੱਥੇ ਨਾ ਕਈ ਵਾਰੀ ਰੁਕ ਜਾਂਦੀ ਇੱਕਦਮ, ਫਿਰ ਇੱਕੋ ਦਮ ਚੱਲਣ ਲੱਗ ਜਾਂਦੀ ਹੈ, ਜਦੋਂ ਚੱਲਦੀ ਹੈ ਫਿਰ ਠੰਡੀ ਹਵਾ ਚੱਲਦੀ ਹੈ ਜੀ। ਅਤੇ ਹੁਣ ਉੱਪਰ ਦੇਖਦੇ ਆਪਾਂ ਹੋਟਲ ਇਹਨਾਂ ਦਾ, ਉਹ ਵੀ ਬੜਾ ਵਧੀਆ ਜੀ, ਇੱਕ ਵਾਰੀ ਉੱਧਰ ਵੀ ਜਾਂਦੇ ਹਾਂ। ਇੱਕ ਆਹ ਇਹਨਾਂ ਨੇ ਛੰਨ ਜੀ ਪਾ ਕੇ ਬਣਾਇਆ ਹੋਇਆ ਜੀ, ਆਹ ਦਿਲ ਜਿਹਾ, ਆਹ ਹੋਰ ਹੀ ਕੁਛ ਬਣਾਇਆ, ਅੱਧਾ ਦਿਲ ਹੈ ਜੀ, ਇਹ ਖਰਾਬ ਦਿਲ, ਇਹ ਸਹੀ ਨਹੀਂ ਹੈਗਾ ਦਿਲ, ਬਹਿ ਕੇ ਫੋਟੋ ਖਿਚਾਉਣ ਵਾਸਤੇ। ਅਤੇ ਇੱਕ ਆਹ ਛੰਨ ਪਾਈ ਹੈ ਜੀ ਕਾਨਿਆਂ ਦੀ, ਵਾਂਸ ਨੇ ਵੈਸੇ ਕਾਨੇ ਵੀ ਨੇ ਵਿੱਚ ਵਿੱਚ। ਆਹ ਤੁਹਾਨੂੰ ਦਿਖਾਤਾ ਜੀ ਪਹਿਲਾਂ ਬੈਠਣ ਵਾਸਤੇ ਇਹ ਸਿਸਟਮ, ਮਤਲਬ ਪੂਰਾ ਤੁਸੀਂ ਇੱਥੇ ਆਣ ਕੇ ਇੱਕ ਡੇਢ ਘੰਟਾ ਆਪਦਾ ਟਾਈਮ ਜਿਹੜਾ ਸਪੈਂਡ ਕਰ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਆਹ ਵਿੱਚ ਵਿੱਚ ਛਾਂ ਵੀ ਹੈਗੀ ਬੈਠਣ ਵਾਸਤੇ ਭਾਈ, ਛਾਂ ਵਾਲਾ ਕੰਮ ਘੈਂਟ ਹੈ। ਸਾਹਮਣੇ ਹੋਟਲ ਹੈ ਜੀ, ਹੈਲੋ ਜੀ, ਹੈਲੋ ਵੀ ਈ ਲਵ ਆ ਗਿਆ ਜੀ, ਇੱਥੇ ਆਇਆ ਥੋੜ੍ਹਾ ਜਿਹਾ ਸਕੂਲ। ਕਰੋ ਚੈੱਕ ਇੱਕ ਵਾਰ ਦੂਰੋਂ ਜੀ, ਇੱਧਰ ਉੱਪਰ ਨੂੰ ਜਾ ਕੇ ਵੀ ਪ੍ਰੀ ਵੈਡਿੰਗ ਵਾਲਾ ਜਿਹੜਾ ਸਿਸਟਮ ਬਣਾਇਆ, ਵੇਖਦੇ ਹਾਂ ਸ਼ੁਰੂ ਤੋਂ। ਆਹ ਲਿਖਿਆ ਜੀ, ਜ਼ਿੰਦਗੀ 0 ਕਿਲੋਮੀਟਰ ਅਤੇ ਇੰਜੋਏ ਇੱਟ, ਜ਼ਿੰਦਗੀ 0 ਕਿਲੋਮੀਟਰ। ਲਓ ਜੀ, ਆਹ ਵੱਡਾ ਸਾਰਾ ਪੰਘੂੜਾ ਲੱਗਾ ਜੀ, ਅਤੇ ਉਸ ਤੋਂ ਬਾਅਦ ਇੱਧਰ ਆਹ ਬੈਠਣ ਵਾਸਤੇ ਲੱਕੜ ਲੁੱਕੜ ਦੀ ਜਿਵੇਂ ਮੀਨਾਕਾਰੀ ਹੈ ਜੀ। ਆਹ ਚੈੱਕ ਕਰੋ, ਫੋਟੋਆਂ ਸੋਹਣੀਆਂ ਹੁੰਦੀਆਂ ਨੇ ਬਸ ਇਹੋ ਜਿਹੀ ਥਾਂ 'ਤੇ। ਉਸ ਤੋਂ ਬਾਅਦ ਸਾਹਮਣੇ ਦੇਖੋ ਪਹਾੜੀ ਹੈ ਜੀ, ਕਿੰਨੀ ਉੱਚੀ, ਉਹ ਦੇਖੋ। ਆਹ ਵੀ ਫਿਰ ਪੁਰਾਣਾ ਪੁਰਾਣੇ ਰਿਵਾਜ਼ ਦਾ ਫਿਰ ਬਣਿਆ ਲੱਗਦਾ ਅੱਗੇ ਘਰ ਜੀ। ਅੰਦਰ ਜਾ ਕੇ ਇੰਟਰੋ ਚੈੱਕ ਕਰਦੇ ਹਾਂ, ਗੇਟ ਵੈਸੇ ਲੱਗਾ ਹੋਇਆ ਬਾਹਰੋਂ। ਪੁਰਾਣੇ ਜ਼ਮਾਨੇ ਦੀ ਜਿਹੜੀ ਆ ਛੰਨ ਜੀ, ਉਹ ਪਾਈ ਹੋਈ ਆ ਉਸ ਟੈਪ। ਆਹ ਦੇਖੋ ਜੀ, ਖੂਹ ਚਰਖੇ, ਦੇਖਦਾ ਜੇ ਗੇਟ ਖੁੱਲ੍ਹਾ ਹੋਵੇ ਤਾਂ ਚੈੱਕ ਕਰ ਲਈਏ। ਕਿਆ ਬਾਤ ਹੈ ਜੀ, ਘੈਂਟ ਵਿਊ ਪੂਰਾ, ਪੁਰਾਣਾ ਘਰ ਆਏ ਹੋਏ, ਹਾਏ ਹਾਏ ਕਿਆ ਸਵਰਗ ਹੈ ਜੀ। ਤੁਸੀਂ ਚੈੱਕ ਕਰੋ ਉੱਪਰ, ਚੁਬਾਰਾ ਬਣਾਇਆ ਹੋਇਆ ਹੈ, ਇੱਧਰ ਘਰ ਦੇ ਵਿੱਚ ਹੀ ਖੂਹ ਹੈ ਜੀ, ਕਿਆ ਬਾਤਾਂ ਨੇ। ਖੂਹ 'ਚ ਪਾਣੀ ਵੀ ਹੈਗਾ, ਪ੍ਰੈਕਟੀਕਲੀ ਪੂਰਾ ਤਿਆਰ ਕੀਤਾ ਜੀ, ਅੱਗੇ ਜਾਂਦੇ ਹਾਂ। ਅਤੇ ਇੱਧਰ ਆਲਾ ਬਣਿਆ ਹੋਇਆ ਜੀ, ਦੁੱਧ ਤੱਪਣਾ ਰੱਖਣ ਵਾਸਤੇ, ਚੱਕੀ ਚਰਖੇ, ਸੰਦੂਕੜੀਆਂ ਸੰਦੂਕ, ਆਹ ਸੁੱਚ ਦੇਖੋ ਜੀ ਪੁਰਾਣੇ ਲੱਗੇ ਹੋਏ ਨੇ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਬਣਾਇਆ। ਬਾਕੀ ਅੰਦਰ ਇਹਨਾਂ ਦਾ ਆਪਣਾ ਸਮਾਨ ਵਗੈਰਾ ਪਿਆ, ਛੱਜ ਸ਼ੀਸ਼ਾ ਆ ਗਿਆ ਜੀ। ਦੇਖੋ ਉੱਧਰਲੇ ਪਾਸੇ ਜਾ ਕੇ ਚੈੱਕ ਕਰਦੇ ਹਾਂ ਜੀ, ਕਿੱਧਰ ਨਿੱਕਾ ਜਿਹਾ ਕਮਰਾ ਬਣਾਇਆ ਹੋਇਆ, ਪੂਰਾ ਮਿੱਟੀ ਦਾ ਉਵੇਂ ਲਿਪ ਕੇ ਜੀ, ਟੈਕਸਚਰ ਉਵੇਂ ਪੂਰਾ ਤਿਆਰ ਕੀਤਾ ਜੀ। ਪਰਾਂਦੀਆਂ ਵਾਲਾ ਬਾਜ਼ਾਰ ਆ ਗਿਆ ਜੀ, ਇਹ ਬਾਜ਼ਾਰ ਆ ਜੀ ਪੁਰਾਣੇ ਟਾਈਮ ਦਾ ਵਿਖਾਇਆ, ਮਤਲਬ ਚੂੜੀਆਂ ਪਰਾਂਦੇ, ਇੱਧਰ ਚੁੰਨੀਆਂ ਦੁਪੱਟੇ ਵਗੈਰਾ ਜੀ। ਆਹ ਦੇਖੋ ਮੰਜਾ ਪਿਆ, ਛੱਤ ਉਵੇਂ ਪਾਈ ਜੀ ਪੁਰਾਣੇ ਜ਼ਮਾਨੇ ਦੀ ਕਾਨਿਆਂ ਵਾਲੀ,
ਇਹ ਵੀ ਹੈਗਾ ਜੀ ਇੱਥੇ ਪਿੱਛੋਂ ਦੀ ਫਿਰ ਕਿੱਡਾ ਸੋਹਣਾ ਵਿਊ ਜੀ। ਸੱਚੀ ਯਾਰ ਅਸਲ ਜ਼ਿੰਦਗੀ ਜੇ ਇਸ ਤਰ੍ਹਾਂ ਦੇ ਘਰ ਹੋਣ ਨਾ ਤਾਂ ਬਹੁਤ ਵਧੀਆ ਲੱਗੇ, ਬਹੁਤ ਘੈਂਟ ਨਜ਼ਾਰਾ ਜੀ। ਕੁਦਰਤ ਨਾਲ ਜੁੜਿਆ ਹੋਇਆ ਬੰਦਾ ਬਹੁਤ ਵਧੀਆ ਫੀਲ ਕਰਦਾ ਜੀ। ਬਹੁਤ ਸੋਹਣਾ ਸਿਸਟਮ ਹੈ ਜੀ। ਆਪਦੇ ਕੱਕਾ ਛੋਟਾ ਜਿਹਾ ਬਣਾਇਆ ਹੋਇਆ ਜੀ, ਰਸੋਈ ਟੈਪ, ਗੇਟ ਵੀ ਪੁਰਾਣੇ ਟਾਈਮ ਦਾ ਲਾਇਆ ਜੀ। ਦੇਖੋ ਪੁਰਾਣੇ ਟਾਈਮ ਜਿਵੇਂ ਹੁੰਦੇ ਸੀ ਵੱਡੇ ਵੱਡੇ ਗੇਟ ਜੀ। ਆਹ ਦਰਖਤ ਘਰ ਦੇ ਵਿੱਚ ਮਰੋਟਾ ਟੈਪ ਉੱਪਰ ਚੁਬਾਰਾ ਜੀ, ਮਤਲਬ ਸ਼ੂਟਿੰਗ ਵਾਸਤੇ ਇੱਕ ਬਹੁਤ ਘੈਂਟ ਚੀਜ਼ ਜੀ, ਪ੍ਰੀ ਵੈਡਿੰਗ ਸ਼ੂਟ ਵਾਸਤੇ ਜੀ, ਤੁਸੀਂ ਚੈੱਕ ਕਰ ਸਕਦੇ ਹੋ। ਲਓ ਜੀ ਹੁਣ ਮੈਂ ਤੁਹਾਨੂੰ ਖੋਨਾ ਵਾਂ ਇਸ ਹੋਟਲ ਦਾ ਫਰੰਟ। ਆਹ ਦੇਖੋ ਜੀ ਪਹੁੰਚ ਗਏ ਆਪਾਂ, ਇਹ ਹੈਗਾ ਜੀ ਫਰੰਟ ਜਿੱਥੇ ਬਹਿ ਕੇ ਤੁਸੀਂ ਅੰਦਰ ਲੈ ਕੇ ਜਾਂਦਾ ਵੈਸੇ ਮੈਂ ਤੁਹਾਨੂੰ ਨਾਲ, ਬਹਿ ਕੇ ਤੁਸੀਂ ਵਧੀਆ ਵਧੀਆ ਫਾਸਟ ਫੂਡ, ਇੰਡੀਅਨ ਫੂਡ ਹਰ ਇੱਕ ਤਰ੍ਹਾਂ ਦਾ ਖਾ ਪੀ ਸਕਦੇ ਹੋ ਜੀ। ਆਹ ਦੇਖੋ ਜੀ ਹੋਟਲ ਸੀ ਰੌਕ, ਲਓ ਜੀ ਆਹ ਹੈਗੀ ਐਂਟਰੀ ਅਤੇ ਰਿਸੈਪਸ਼ਨ ਸਾਹਮਣੇ ਹੁੰਦੇ ਸਰ। ਹੋਰ ਜੀ ਮਹਾਰਾਜ ਕੀ ਹਾਲ ਹੈ? ਬਸ ਠੀਕ ਠਾਕ ਵਧੀਆ ਜੀ। ਹੋਰ ਜੀ ਵੀਰ ਜੀ ਕੀ ਹਾਲ ਨੇ? ਠੀਕ ਠਾਕ ਜੀ ਯਾਰ, ਬਾਬੂ ਜੀ ਬੈਠੇ ਨੇ ਗੱਲ ਕੰਮ ਬੱਕ ਕਰ ਆਪਾਂ। ਇੱਧਰ ਆਪਾਂ ਅੰਦਰੋਂ ਦੇਖਦੇ ਹਾਂ ਜੀ ਇੱਕ ਵਾਰ, ਕੰਮ ਦਿਖਾਉਂਦੇ ਹਾਂ। ਫੈਮਿਲੀਸ ਵਧੀਆ ਇੱਥੇ ਬਹਿ ਕੇ ਖਾ ਪੀ ਸਕਦੀਆਂ ਨੇ ਜੀ। ਪੂਰਾ ਘੈਂਟ ਜੀ ਅੰਦਰ ਦਾ ਵਿਊ, ਬੈਠਣ ਨੂੰ ਏ ਸੀ ਉਸੀ ਲੱਗਾ, ਕੂਲਿੰਗ ਕੂਲਿੰਗ ਵਧੀਆ ਓਕੇ ਆ ਜੀ। ਕੰਮ ਘੈਂਟ ਆ, ਟੀ ਵੀ ਤੋਂ ਵੀ ਲੱਗਾ, ਤੁਸੀਂ ਬਹਿ ਕੇ ਆਪਦਾ ਪੂਰਾ ਇੰਜੋਏ ਕਰ ਸਕਦੇ ਹੋ। ਅਤੇ ਪਰਸਨਲੀ ਮੈਂ ਤੁਹਾਨੂੰ ਦੱਸਾਂ, ਮੈਂ ਖਾ ਪੀ ਕੇ ਵੀ ਵੇਖਿਆ ਇੱਥੋਂ, ਫਾਸਟ ਫੂਡ ਵੀ ਅਤੇ ਰੋਟੀ ਵੀ ਖਾਧੀ, ਬਹੁਤ ਸਵਾਦ ਲੱਗਾ ਜੀ, ਬਹੁਤ ਘੈਂਟ ਲੱਗਾ। ਬਾਕੀ ਘੁੰਮ ਕੇ ਬਹੁਤ ਵਧੀਆ ਲੱਗਾ, ਤੁਸੀਂ ਵੀਡੀਓ 'ਚ ਦੇਖ ਹੀ ਲਿਆ ਜੀ, ਅਤੇ ਬਹੁਤ ਘੈਂਟ ਨਜ਼ਾਰਾ ਜੀ ਇੱਥੋਂ ਦਾ। ਹਾਂਜੀ ਇਹ ਸੀ ਆਪਣਾ ਅੱਜ ਦਾ ਵਲੋਗ ਜੀ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੋਗ ਜੀ। ਥੈਂਕ ਯੂ, ਥੈਂਕਸ ਫੋਰ ਵਾਚਿੰਗ ਦਿਸ ਵਲੋਗ, ਅਤੇ ਆਪਣੇ ਚੈਨਲ ਇੱਦਾਂ ਜੁੜੇ ਰਹੋ ਜੀ। ਧੰਨਵਾਦ।